ਸਾਤਰੀਆ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਤੂੜੀ ਦੇ ਜੋ ਮੌਕੇ ਤੇ ਰੇਟ ਚੱਲ ਰਹੇ ਨੇ ਤੇ ਉਸ ਦੇ ਨਾਲ ਨਾਲ ਜੋ ਮੌਕੇ ਤੇ ਪਰਾਲੀ ਜੋ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ ਝੋਨੇ ਦਾ ਫਾੜੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਕੀ ਜੋ ਪਰਾਲੀ ਹੈ ਉਹ ਤੂੜੀ ਦੇ ਰੇਟਾਂ ਨੂੰ ਪ੍ਰਭਾਵਿਤ ਕਰਦੀ ਹੈ ਜਾਂ ਕੋਈ ਫਰਕ ਪੈਂਦਾ ਪਰਾਲੀ ਦੇ ਔਨ ਨਾਲ ਤੂੜੀ ਦੇ ਰੇਟਾਂ ਤੇ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਨਾਲ ਦੀ ਨਾਲ ਜੋ ਮੌਕੇ ਤੇ ਜੋ ਵਕਫਕ ਸ਼ਹਿਰਾਂ ਦੇ ਤੂੜੀ ਦੇ ਰੇਟ ਚੱਲ ਰਹੇ ਨੇ ਉਹਦੇ ਤੇ ਵੀ ਜਾਣਕਾਰੀ ਲਵਾਂਗੇ ਸਭ ਤੋਂ ਪਹਿਲੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਕਿਰਪਿਆ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਤੇ ਨਾਲ ਦੀ ਨਾਲ ਜੇ ਤੁਸੀਂ ਇਹੀ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਸੋ ਕਿਸਾਨ ਵੀਰੋ ਜਿਵੇਂ ਕਿ ਆਪਾਂ ਜਾਣਦੇ ਹਾਂ ਜੋ ਪੰਜਾਬ 'ਚ ਝੋਨੇ ਦੀ ਬਾੜੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਜੋ ਪਰਾਲੀ ਹੈ ਉਹ ਵੀ ਇੱਕ ਮੇਨ ਮੁੱਦਾ ਬਣ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਕਿਉਂ ਅੱਜ ਤੋਂ ਆਪਾਂ 3-4 ਸਾਲ ਪਹਿਲੇ ਵੇਖੀਏ ਐਡਾ ਕੋਈ ਮੇਨ ਫੋਕਸ ਨਹੀਂ ਸੀ ਪਰਾਲੀ ਪਰ ਹੁਣ ਸਰਕਾਰ ਵੀ ਜ਼ੋਰ ਲਾ ਰਹੀ ਹੈ ਪਰਾਲੀ ਨੂੰ ਅੱਗ ਨਾ ਲਾਉਣ ਤੇ ਪਹਿਲੇ ਲੋਕ ਅੱਗ ਵੀ ਲਾ ਦਿੰਦੇ ਸੀ ਹੁਣ ਜੋ ਹੈ ਪਰਾਲੀ ਦਾ ਕੁੱਤਰਾ ਕਾਫੀ ਹੱਦ ਤੱਕ ਲੋਕ ਕਰਦਿਆ ਜਾਂ ਕਈ ਜੋ ਵਪਾਰੀ ਵੀਰ ਨੇ ਉਹ ਵੀ ਆਪਦੇ ਖੇਤ ਚੋਂ ਕਿਸਾਨਾਂ ਦੇ ਖੇਤਾਂ ਚੋਂ ਪਰਾਲੀ ਇਕੱਠੀ ਕਰਕੇ ਰੱਖ ਲੈਂਦੇ ਨੇ ਬਾਅਦ ਚ ਉਹਨੂੰ ਕੁਤਰਾ ਕਰਕੇ ਜਿਵੇਂ ਅਲੱਗ-ਅਲੱਗ ਥਾਂ ਤੇ ਦਿੱਲੀ ਆ ਰਾਜਸਥਾਨ ਉਹਨੂੰ ਵੇਚਦੇ ਨੇ ਤਾਂ ਕਿਤੇ ਨਾ ਕਿਤੇ ਉਹ ਸੀਜ਼ਨ ਦੇ ਵਿੱਚ ਜ਼ਰੂਰ ਪ੍ਰਭਾਵ ਪਾਉਂਦੀ ਹੈ ਕਿੱਥੇ ਕੱਲੀ ਤੂੜੀ ਹੋਣੀ ਸੀ ਹੁਣ ਤੂੜੀ ਦੇ ਨਾਲ ਪਰਾਲੀ ਦਾ ਕੁਤਰਾ ਵੀ ਹੈ ਤੇ ਜੋ ਹਰੀ-ਹਰੀ ਪਰਾਲੀ ਦਾ ਕੁਤਰਾ ਹੈ ਉਹ ਜੋ ਡੰਗਰ ਨੇ ਜਾਂ ਪਸ਼ੂ ਨੇ ਉਹ ਖਾ ਵੀ ਲੈਂਦੇ ਨੇ ਸੋ ਇੱਕ ਤਰ੍ਹਾਂ ਨਾਲ ਇੱਕ ਕੰਪੀਟੀਸ਼ਨ ਜ਼ਰੂਰ ਬਣਿਆ ਹੈ ਤੂੜੀ ਦੇ ਨਾਲ-ਨਾਲ ਜੋ ਪਰਾਲੀ ਦਾ ਕਿਤੇ ਨਾ ਕਿਤੇ ਇਹ ਪ੍ਰਭਾਵ ਜ਼ਰੂਰ ਪਾਉਂਦੀ ਹੈ ਕੁਝ ਕਿਸਾਨਾਂ ਦਾ ਰੁਝੇਵਾ ਵੀ ਜੋ ਹੈ ਉਹ ਚੋਣੇ ਵੱਲ ਹੋ ਜਾਂਦਾ ਤੇ ਕਣਕ ਦੀ ਬਜਾਈ ਤੋਂ ਬਾਅਦ ਹੀ ਉਹ ਤੂੜੀ ਨੂੰ ਵੇਚਣ ਦੀ ਸੋਚਦੇ ਨੇ ਤੇ ਉਦੋਂ ਕੁਝ ਰੇਟ ਜੋ ਜਿਵੇਂ ਕਣਕ ਦੀ ਬਜਾਈ ਤੋਂ ਬਾਅਦ ਕੁਝ ਉੱਪਰ ਹੋਣੇ ਵੀ ਸ਼ੁਰੂ ਹੋ ਜਾਂਦੇ ਜਿਵੇਂ ਕਿ ਆਪਾਂ ਹਰ ਇੱਕ ਸਾਲ ਦੇਖਦੇ ਆਂ ਸੋ ਮੇਰੇ ਮਤ ਮੁਤਾਬਕ ਕਿਤੇ ਨਾ ਕਿਤੇ ਜੋ ਪਪਰਾਲੀ ਤੂੜੀ ਦੇ ਰੇਟਾਂ 'ਚ ਕਿਤੇ ਨਾ ਕਿਤੇ ਰੇਟ ਡਾਊਨ ਆਉਂਦੇ ਨੇ ਪਰ ਆਲੀ ਦੇ ਓਨ ਕਰਕੇ ਇਹ ਜੇ ਤੁਹਾਡੇ ਕੀ ਵਿਚਾਰ ਨੇ ਉਹ ਵੀ ਤੁਸੀਂ ਕਮੈਂਟ ਬਾਕਸਾਂ ਚ ਆਪਦੇ ਸਾਂਝੇ ਕਰ ਸਕਦੇ ਹੋ ਤੇ ਇਸ ਦੇ ਨਾਲ ਹੁਣ ਜੋ ਮੌਕੇ ਤੇ ਤੂੜੀ ਦੇ ਰੇਟ ਚੱਲ ਰਹੇ ਨੇ ਉਹਦੇ ਬਾਰੇ ਆਪਾਂ ਚਰਚਾ ਕਰਦੇ ਆਂ ਸੋ ਸਭ ਤੋਂ ਪਹਿਲੇ ਸਰਸਾ ਚ ਲਗਭਗ 500 ਤੋਂ 550 ਰੁਪਏ ਪ੍ਰਤੀ ਕੁਇੰਟਲ ਫਤਿਹਪੁਰਵਾਦ 520 ਤੋਂ 560 ਰੁਪਏ ਰਤਿਆ 530 ਰੁਪਏ ਤੁਹਾਨਾ 570 ਰੁਪਏ ਪ੍ਰਤੀ ਕੁਵੰਟਲ ਰਾਣੀਆਂ 540 ਰੁਪਏ ਪ੍ਰਤੀ ਕੁਵੰਟਲ ਸਰਦੂਲਗੜ ਲਗਭਗ 500 ਰੁਪਏ ਪ੍ਰਤੀ ਕੁਵੰਟਲ ਦੇ ਹਿਸਾਬ ਨਾਲ ਉਸ ਤੋਂ ਬਾਅਦ ਬਰਨਾਲਾ 580 ਤੋਂ 600 ਰੁਪਏ ਫਲੋਰ 510 ਰੁਪਏ ਫਾਜ਼ਿਲਕਾ 480 490 ਫਰੀਦਕੋਟ 480 ਤੋਂ 500 ਰੁਪਏ ਸ੍ਰੀ ਮੁਕਸਰ ਸਾਹਿਬ ਲਗਭਗ 500 ਦੇ ਆਰ ਬਾਰ ਪ੍ਰਤੀ ਕੁਵੰਟਲ ਦੇ ਹਿਸਾਬ ਨਾਲ ਰੇਟ ਚੱਲ ਰਹੇ ਨੇ ਬਠਿੰਡਾ 525 ਰੁਪਏ ਕੋਟਕਪੂਰਾ 500 ਤੋਂ 550 ਮੋਗਾ 500 ਤੋਂ 520 ਰੁਪਏ ਹਿਸਾਰ ਲਗਭਗ 600 ਰੁਪਏ ਬਰਵਾਲਾ 5620 ਰੁਪਏ ਕਰਨਾਲ 680 ਰੁਪਏ ਰੋहतक 720 ਰੁਪਏ ਸੋਨੀਪੱਥ 750 ਰੁਪਏ ਲੁਧਿਆਣਾ ਲਗਭਗ 610 ਤੋਂ 650 ਦੇ ਆਰ ਬਾਰ ਪਟਿਆਲਾ 625 ਤੋਂ 640 ਦੇ ਆਰ ਬਾਰ ਜੋ ਰੇਟ ਚੱਲ ਰਹੇ ਨੇ ਸੋ ਕਿਸਾਨ ਵੀਰੋ ਇਹ ਮੇਨ ਮੇਨ ਸ਼ਹਿਰਾਂ ਦੇ ਰੇਟ ਨੇ ਜੋ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੁਸੀਂ ਵੀ ਜੇ ਕੋਈ ਤੂੜੀ ਦੀ ਖਰੀਦ-ਵੇਚ ਕੀਤੀ ਹੈ ਜਾਂ ਤੂੜੀ ਵੇਚੀ ਹੈ ਤਾਂ ਕਮੈਂਟਾਂ 'ਚ ਰੇਟ ਜ਼ਰੂਰ ਸਾਂਝੇ ਕਰੋ ਸੋ ਕਿਸਾਨ ਵੀਰੋ ਜਾਣਕਾਰੀ ਚੰਗੀ ਲੱਗੀ ਤਾਂ ਜਿਆਦਾ ਤੋਂ ਜਿਆਦਾ ਇਹਨੂੰ ਦੂਜੇ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤਾਂ ਜੋ ਉਹ ਵੀ ਇਸ ਜਾਣਕਾਰੀ ਦਾ ਫਾਇਦਾ ਲੈ ਸਕਣ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਆਪਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਸੋ ਬਹੁਤ-ਬਹੁਤ ਧੰਨਵਾਦ ਕਿਸਾਨ ਵੀਰੋ। ਤੁਹਾਡਾ ਦਿਨ ਸ਼ੁਭ ਹੋਵੇ।